ਉਹ ਕਹਿੰਦੇ ਨੇ ਨਾ ਕਿ ਥਾਣੇ ਦੀ ਮਾਂ ਮੁੰਸ਼ੀ ਹੁੰਦਾ ਹੈ ਜਿਸ ਉੱਪਰ ਥਾਣੇ ਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਦਾ ਭਾਰ ਹੁੰਦਾ ਹੈ। ਇਸ ਜ਼ਿੰਮੇਵਾਰੀਆਂ ਵਿੱਚੋਂ ਕੁਝ ਪਲ ਫੁਰਸਤ ਦੇ ਕੱਢ ਕੇ ਅੱਜ ਦਸੂਹਾ ਥਾਣਾ ਦੇ ਮੁੰਸ਼ੀ ਅਰਨਦੀਪ ਸਿੰਘ ਦਾ ਜਨਮਦਿਨ ਸਾਥੀ ਪੁਲਿਸ ਕਰਮਚਾਰੀਆਂ ਵੱਲੋਂ ਮਿਲ ਕੇ ਮਨਾਇਆ ਗਿਆ ਅਤੇ ਮੁੰਸ਼ੀ ਅਰਨਦੀਪ ਸਿੰਘ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਗਈ। ਇਸ ਮੌਕੇ ਸਾਥੀ ਪੁਲਿਸ ਕਰਮਚਾਰੀਆਂ ਨੇ ਕਿਹਾ ਕਿ ਅਸੀਂ ਸਾਰੇ ਇੱਕ ਹੀ ਪਰਿਵਾਰ ਦੀ ਤਰ੍ਹਾਂ ਮਿਲ ਕੇ ਕੰਮ ਕਰਦੇ ਹਾਂ ਅਤੇ ਇੱਕ ਦੂਜੇ ਦੇ ਨਾਲ ਹਮੇਸ਼ਾ ਦੁੱਖ ਸੁੱਖ ਸਾਂਝਾ ਕਰਦੇ ਰਹਿੰਦੇ ਹਾਂ। ਅੱਜ ਸਾਡੇ ਥਾਣੇ ਦਸੂਹੇ ਦੇ MSC ਅਰਨਦੀਪ ਦਾ ਬਰਥਡੇ ਹੈ ਜੀ। 32 ਸਾਲ ਦਾ ਪੂਰਾ ਹੋ ਗਿਆ। ਪਰਮਾਤਮਾ ਕਰੇ ਵੀ ਜਿਹੜੀਆਂ ਇਹਦੇ 'ਚ ਮਨ 'ਚ ਖੁਸ਼ੀਆਂ ਸਾਰੀਆਂ ਪੂਰੀਆਂ ਹੋਣ ਅਤੇ ਸਦਾ ਹੀ ਇੱਦਾਂ ਹੀ ਨੇਕ ਨੀਤੀ ਨਾਲ ਕੰਮ ਕਰਦਾ ਰਹੇ। ਅੱਜ ਸਾਡੇ ਵੱਲੋਂ ਇਹਨੂੰ ਹੈਪੀ ਬਰਥਡੇ ਹੈ ਜੀ, ਹੈਪੀ ਬਰਥਡੇ। ਸਾਡੇ ਥਾਣਾ ਦਸੂਹਾ ਵਿੱਚ ਮੁੱਖ ਮੁੰਸ਼ੀ ਅਰਨਦੀਪ ਹੋਣਾ ਦਾ ਅੱਜ ਜਨਮਦਿਨ ਸੀਗਾ। ਆਪਾਂ ਮੈਂ ਵੀ ਤੌਰ 'ਤੇ ਇਹਦਾ ਜਨਮਦਿਨ ਮਨਾਇਆ, ਸਾਨੂੰ ਬਹੁਤ ਖੁਸ਼ੀ ਆ। ਇਹਨੂੰ ਹੈਪੀ ਬਰਥਡੇ ਜੀ। ਅੱਜ ਮੇਰਾ ਜਨਮਦਿਨ ਆ ਜੀ, 32ਵਾਂ ਜਨਮਦਿਨ ਅੱਜ ਮੇਰਾ, ਅਤੇ ਮੈਨੂੰ ਬਹੁਤ ਖੁਸ਼ੀ ਆ ਕਿ ਮੇਰੇ ਸਟਾਫ ਨੇ ਮੇਰੇ ਨਾਲ ਅੱਜ ਮੇਰਾ ਜਨਮਦਿਨ ਮਨਾਇਆ। ਮੈਂ ਥਾਣੇ ਦੇ ਵਿੱਚ ਆਇਆ, ਕੇਕ ਕੱਟਿਆ ਆ। ਬਹੁਤ ਸ਼ੁਕਰਗੁਜ਼ਾਰ ਹਾਂ ਆਪਣੇ ਥਾਣੇ ਦਾ ਮੈਂ, ਅਤੇ ਬਹੁਤ ਬਹੁਤ ਧੰਨਵਾਦ ਆਪਣੇ ਸਮੂਹ ਸਾਥੀਆਂ ਦਾ। ਥੈਂਕ ਯੂ।